ਇੰਡੀਅਨ ਪੋਲਿਟੀ ਦਾ ਜਿਹੜਾ ਨੈਕਸਟ ਲੈਕਚਰ ਹੈ ਸਾਡਾ ਰਾਜ ਸਭਾ ਤੋਂ ਬਾਅਦ ਆਪਾਂ ਉਹ ਸ਼ੁਰੂ ਕਰਨ ਜਾ ਰਹੇ ਹਾਂ ਅੱਜ। ਅਤੇ ਇਸ ਤੋਂ ਪਹਿਲਾਂ ਜਿਹੜਾ ਦਾ ਫਸਟ ਪਾਰਟ ਹੈ ਇੰਡੀਅਨ ਪੋਲਿਟੀ ਦਾ ਪਾਰਟਸ ਔਫ ਗਵਰਨਮੈਂਟ ਦੇ ਵਿੱਚ ਉਹ ਰਾਜ ਸਭਾ ਜਿਹੜਾ ਉਹ ਅਪਲੋਡ ਹੋ ਚੁੱਕਾ ਸੀ ਯੂਟਿਊਬ ਦੇ ਉੱਪਰ। ਉਹਦੇ ਪਹਿਲੇ 2 ਜਾਂ 3 ਮਿੰਟ ਤੱਕ ਥੋੜ੍ਹੀ ਬਹੁਤੀ ਡਿਸਟਰਬੈਂਸ ਹੈ, ਬਟ ਆਵਾਜ਼ ਥੋੜ੍ਹੀ ਕਲੀਅਰਲੀ ਸੁਣਾਈ ਦੇ ਰਹੀ ਹੈ, ਤਾਂ ਉਹ ਵੀਡੀਓ ਤੁਸੀਂ ਉੱਥੋਂ ਦੇਖ ਸਕਦੇ ਹੋ। ਅੱਜ ਆਪਾਂ ਨੈਕਸਟ ਪਾਰਟ ਹੈ ਜਿਹੜਾ ਦਾ ਉਹ ਸਟਾਰਟ ਕਰਦੇ ਹਾਂ। ਇੱਥੋਂ ਤੱਕ ਅਸੀਂ ਸਟੱਡੀ ਕਰ ਚੁੱਕੇ ਸੀਗੇ ਕਿ ਸਦਨ ਦਾ ਮੁਖੀ ਬਾਏ ਪੋਲਸ ਜਾਂ ਕਹਿ ਲਓ ਕਿ ਰਾਜ ਸਭਾ ਦੇ ਮੈਂਬਰ ਵਾਲੀ ਉਮਰ ਕਿੰਨੀ ਚਾਹੀਦੀ ਹੈ, ਸਮਾਂ ਕਿੰਨਾ ਹੁੰਦਾ, ਕਿੰਨੇ ਮੈਂਬਰ ਰਿਟਾਇਰ ਹੁੰਦੇ ਹਨ, ਕਿੰਨੇ ਸਮੇਂ ਬਾਅਦ ਹੁੰਦੇ ਹਨ, ਠੀਕ ਹੈ, ਸਦਨ ਦੇ ਮੁਖੀ ਨੂੰ ਕੀ ਨਾਮ ਦਿੱਤਾ ਜਾਂਦਾ, ਉਸ ਨੂੰ ਸਪੀਕਰ ਜਾਂ ਪ੍ਰਧਾਨ, ਇਹ ਸਾਰਾ ਅਸੀਂ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਅੱਜ ਜਿਹੜਾ ਸਟਾਰਟ ਹੋਊਗਾ ਇਹਦੇ ਨਾਲ ਹੀ ਟੋਪਿਕ ਰਹੇਗਾ ਅਗਲਾ, ਉਹ ਸ਼ੁਰੂ ਕਰਦੇ ਹਾਂ ਆਪਾਂ। ਜਿੱਥੇ ਹੁਣ ਸਦਨ ਦੇ ਮੁਖੀ ਦੀ ਗੱਲ ਹੁੰਦੀ ਹੈ ਤਾਂ ਉਪ ਰਾਸ਼ਟਰਪਤੀ ਦੀ ਗੱਲ ਹੁੰਦੀ ਹੈ, ਮੀਨਸ ਵਾਈਸ ਪ੍ਰੈਜ਼ੀਡੈਂਟ। ਤਾਂ ਵਾਈਸ ਪ੍ਰੈਜ਼ੀਡੈਂਟ ਦੇ ਬਣਨ ਲਈ ਘੱਟੋ ਘੱਟ ਜਿਹੜੀ ਮਿਨੀਮਮ ਉਮਰ ਉਹ 35 ਸਾਲ ਹੋਣੀ ਚਾਹੀਦੀ ਹੈ, ਅਤੇ ਉਹ 5 ਸਾਲ ਦੇ ਲਈ ਚੁਣਿਆ ਜਾਂਦਾ, ਠੀਕ ਹੈ। ਇੱਥੇ ਜਿਹੜੀ 35 ਈਅਰ ਏਜ ਹੈ, 35 ਈਅਰ ਕਿਹੜੀ ਕਿਹੜੀ ਬਾਡੀਜ਼ ਦੇ ਲਈ ਰਹੂਗੀ, ਇੱਕ ਤਾਂ ਵਾਈਸ ਪ੍ਰੈਜ਼ੀਡੈਂਟ ਦੇ ਲਈ ਰਹਿਣੀ ਹੈ, ਇੱਕ ਉਹ ਰਾਸ਼ਟਰਪਤੀ ਦੇ ਲਈ ਹੁੰਦੀ ਹੈ, ਅਤੇ 35 ਸਾਲ ਦੀ ਉਮਰ ਜਿਹੜੀ ਉਹ ਰਾਜਪਾਲ ਦੇ ਲਈ। ਇਹਨਾਂ ਦੇ ਲਈ ਤੁਹਾਨੂੰ ਇਹ ਘੱਟੋ ਘੱਟ ਉਮਰ ਹੈ ਜਿਹੜੀ ਉਹ ਪੁੱਛੀ ਜਾ ਸਕਦੀ ਹੈ, ਜਿਹਦੀ ਘੱਟੋ ਘੱਟ ਉਮਰ ਹੁੰਦੀ ਉਹਦੀ ਵੱਧ ਤੋਂ ਵੱਧ ਉਮਰ ਕਦੇ ਨਹੀਂ ਪੁੱਛੀ ਜਾਂਦੀ ਐਗਜ਼ਾਮ ਦੇ ਵਿੱਚ। ਤਾਂ ਇਹ ਘੱਟੋ ਘੱਟ ਉਮਰ ਦੇ ਵਿੱਚ ਰਹੂਗਾ ਜੀ 35 ਸਾਲ, ਰਾਜਪਾਲ ਹੋਵੇਗਾ, ਰਾਸ਼ਟਰਪਤੀ ਹੋਵੇਗਾ ਅਤੇ ਉਪ ਰਾਸ਼ਟਰਪਤੀ। ਅਗਲਾ ਪੁਆਇੰਟ ਦਿੱਤਾ ਹੋਇਆ ਉਪ ਰਾਸ਼ਟਰਪਤੀ ਦੀ ਚੋਣ ਲੋਕ ਸਭਾ ਅਤੇ ਰਾਜ ਸਭਾ, ਮਤਲਬ ਸੰਸਦ ਦੁਆਰਾ ਕੀਤੀ ਜਾਂਦੀ ਹੈ, ਤਾਂ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਜਿਹੜੇ ਇਹਨੂੰ ਮਿਲ ਕੇ ਕਰਦੇ ਆ। ਤਾਂ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ, ਵਾਈਸ ਪ੍ਰੈਜ਼ੀਡੈਂਟ ਇਜ਼ ਇਨਡਾਇਰੈਕਟਲੀ ਬਾਈ ਮੀਨਸ ਆਫ ਸਿੰਗਲ ਟ੍ਰਾਂਸਫਰੇਬਲ ਵੋਟ ਹੁੰਦੀ ਹੈ ਇਹਦੀ, ਠੀਕ ਹੈ, ਇਹਨੂੰ ਸਿੰਗਲ ਟ੍ਰਾਂਸਫਰੇਬਲ ਵੋਟ ਦੇ ਰਾਹੀਂ ਹੈ ਜਿਹੜਾ ਇਹਨੂੰ ਚੁਣਿਆ ਜਾਂਦਾ ਹੈ। ਤਾਂ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਹਿੱਸਾ ਲੈਣਗੇ। ਉਪ ਰਾਸ਼ਟਰਪਤੀ ਦੀ ਨਿਯੁਕਤੀ ਕੌਣ ਕਰਦਾ ਹੈ? ਉਪ ਰਾਸ਼ਟਰਪਤੀ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ, ਠੀਕ ਹੈ, ਪ੍ਰੈਜ਼ੀਡੈਂਟ ਦੁਆਰਾ ਕੀਤੀ ਜਾਂਦੀ ਹੈ। ਤਾਂ ਹੁਣ ਜਿਹੜਾ ਉਪ ਰਾਸ਼ਟਰਪਤੀ ਹੈ, ਇਹ ਉਪ ਰਾਸ਼ਟਰਪਤੀ ਇੱਕ ਤਾਂ ਇਹ ਸੰਸਦ ਦਾ ਮੈਂਬਰ ਨਹੀਂ ਹੁੰਦਾ ਜੀ, ਇਹਦੇ ਮਤਲਬ ਇਹਨੂੰ ਅਸੀਂ ਸਭਾਪਤੀ ਦੇ ਤੌਰ 'ਤੇ ਜਾਣਦੇ ਹਾਂ, ਇਹਨੂੰ ਸਭਾਪਤੀ ਕਿਹਾ ਜਾਂਦਾ, ਇਹਨੂੰ ਰਾਜ ਸਭਾ ਦਾ ਚੇਅਰਮੈਨ ਕਿਹਾ ਜਾਂਦਾ, ਠੀਕ ਹੈ, ਇੱਕ ਇਹ ਸੰਸਦ ਦਾ ਮੈਂਬਰ ਜਿਹੜਾ ਉਹ ਨਹੀਂ ਹੁੰਦਾ, ਸੰਸਦ ਦਾ ਮੈਂਬਰ ਨਹੀਂ ਹੁੰਦਾ, ਇਸ ਨੂੰ ਪ੍ਰਿਜ਼ਾਈਡਿੰਗ ਆਫਿਸਰ ਜਾਂ ਪੀਠਸਨ ਅਧਿਕਾਰੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ, ਇਹਨੂੰ ਪ੍ਰਿਜ਼ਾਈਡਿੰਗ ਆਫਿਸਰ ਕਿਹਾ ਜਾਂਦਾ। ਤਾਂ ਇਹਦੇ ਵਿੱਚ ਅੱਗੇ ਕਈ ਚੀਜ਼ ਆਈ, ਜਿਹੜੇ ਪੁਆਇੰਟਸ ਪਹਿਲਾਂ ਡਿਸਕਸ ਕਰਦੇ ਜਿਹੜੇ ਦਿੱਤੇ ਹੋਏ, ਉਸ ਤੋਂ ਬਾਅਦ ਹੀ ਡਿਟੇਲ ਬਾਰੇ ਚੱਲਦੇ ਆ। ਕੰਮ ਕੀ ਹੈ? ਰਾਸ਼ਟਰਪਤੀ ਦੀ ਗੈਰ ਹਾਜ਼ਰੀ ਦੇ ਵਿੱਚ ਰਾਸ਼ਟਰਪਤੀ ਦੇ ਜਿੰਨੇ ਕੰਮ ਹੈ ਉਹ ਸਾਰੇ ਕਿਹਦੇ ਦੁਆਰਾ ਕੀਤੇ ਜਾਣਗੇ? ਉਪ ਰਾਸ਼ਟਰਪਤੀ ਦੁਆਰਾ। ਇੱਥੇ ਅਸੀਂ ਜਿਹੜਾ ਉਪ ਰਾਸ਼ਟਰਪਤੀ ਆ ਅਕੋਰਡਿੰਗ ਟੂ ਰਾਜ ਸਭਾ ਪੜ੍ਹ ਰਹੇ ਹਾਂ, ਉਸ ਤੋਂ ਬਾਅਦ ਵੀ ਡਿਟੇਲ ਡਿਸਕਸ ਕਰਦੇ ਹਾਂ। ਉਪ ਰਾਸ਼ਟਰਪਤੀ ਨੂੰ ਲੋਕ ਸਭਾ ਦੀ ਸਹਾਇਤਾ ਨਾਲ ਰਾਜ ਸਭਾ ਵਿੱਚ ਬਿੱਲ ਪਾਸ ਕਰਕੇ ਹਟਾਇਆ ਜਾ ਸਕਦਾ ਹੈ। ਕਹਿੰਦਾ ਮਤਲਬ ਜੇ ਉਪ ਰਾਸ਼ਟਰਪਤੀ ਨੂੰ ਹਟਾਉਣਾ ਹੈ ਤਾਂ ਉਹਦੀ ਜਿਹੜੀ ਪਹਿਲ ਆ ਉਹ ਰਾਜ ਸਭਾ ਦੁਆਰਾ ਹੀ ਕੀਤੀ ਜਾਊਗੀ, ਅਤੇ ਉੱਥੇ ਜਿਹੜੀ ਸਹਿਮਤੀ ਹੈ, ਐਗਰੀਮੈਂਟ, ਉਹ ਕਿਹਦਾ ਹੋ ਸਕਦਾ? ਲੋਕ ਸਭਾ ਦਾ। ਉਪ ਰਾਸ਼ਟਰਪਤੀ ਨੂੰ ਹਟਾਉਣ ਦੇ ਲਈ ਜਿਹੜਾ ਬਿੱਲ ਹਮੇਸ਼ਾ ਨਿਕਲੂਗਾ ਉਹ ਸਿਰਫ ਅਤੇ ਸਿਰਫ ਰਾਜ ਸਭਾ ਦੇ ਵਿੱਚੋਂ ਹੀ ਆਵੇਗਾ। ਤਾਂ ਤਿਆਗ ਪੱਤਰ ਕੀ ਹੈ? ਉਪ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਦਿੰਦਾ ਜੀ? ਰਾਸ਼ਟਰਪਤੀ ਨੂੰ। ਰੈਜ਼ਿਗਨੇਸ਼ਨ ਲੈਟਰ। ਇੱਥੇ ਇਹਦੀ ਆਪਾਂ ਥੋੜ੍ਹੀ ਬਹੁਤੀ ਡਿਟੇਲ ਬਾਰੇ ਡਿਸਕਸ ਕਰਦੇ ਹਾਂ ਕਿ ਜਿਹੜਾ ਉਪ ਰਾਸ਼ਟਰਪਤੀ ਹੈ, ਵਾਈਸ ਪ੍ਰੈਜ਼ੀਡੈਂਟ, ਉਹ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ ਜੀ? ਤਾਂ ਆਰਟੀਕਲ ਜੇ ਗੱਲ ਕਰੀਏ 63 ਤੋਂ ਲੈ ਕੇ 69 ਤੱਕ, 63 ਤੋਂ ਲੈ ਕੇ 69 ਤੱਕ ਰਹੇਗਾ ਜੀ ਇੰਡੀਅਨ ਕੌਨਸਟੀਟਿਊਸ਼ਨ ਦੇ ਪਾਰਟ 5 ਦੇ ਵਿੱਚ ਉਪ ਰਾਸ਼ਟਰਪਤੀ ਰਹੇਗਾ।
ਤਾਂ ਉਪ ਰਾਸ਼ਟਰਪਤੀ 63 ਦੇ ਵਿੱਚ ਤਾਂ 63 ਦੇ ਵਿੱਚ ਇਹੀ ਕਿਹਾ ਜਾਏਗਾ ਕਿ ਦੇਰ ਇਜ਼ ਅ ਵਾਈਸ ਪ੍ਰੈਜ਼ੀਡੈਂਟ ਟੂ ਬੀ ਐਕਸ ਓਫੀਸ਼ੋ। 63 ਦੇ ਵਿੱਚ ਇਹਨੂੰ ਕੀ ਲਿਖਿਆ ਜਾਊਗਾ ਜੀ, ਇਹਨੂੰ ਲਿਖਿਆ ਜਾਊਗਾ ਐਕਸ ਓਫੀਸ਼ੋ। ਐਕਸ ਓਫੀਸ਼ੋ ਦਾ ਮਤਲਬ ਹੁੰਦਾ ਪਦੇਨ ਸਭਾਪਤੀ, ਇਹਨੂੰ ਪਦੇਨ ਸਭਾਪਤੀ ਕਿਹਾ ਜਾਂਦਾ ਜੀ, ਠੀਕ ਹੈ 63 ਦੇ ਵਿੱਚ। ਅਤੇ ਜਾਂ ਇਸ ਤੋਂ ਇਲਾਵਾ ਇਹਨੂੰ ਹੋਰ ਕੀ ਲਿਖ ਸਕਦੇ ਹਾਂ, ਇਹਨੂੰ ਕੌਂਸਲ ਆਫ ਸਟੇਟ, ਚੇਅਰਮੈਨ ਆਫ ਦਾ ਕੌਂਸਲ ਆਫ ਸਟੇਟਸ ਕਿਹਾ ਜਾਂਦਾ, ਕਿਉਂਕਿ ਜਿਹੜੀ ਰਾਜ ਸਭਾ ਉਹਨੂੰ ਕੌਂਸਲ ਆਫ ਸਟੇਟ ਦੇ ਨਾਮ ਨਾਲ ਜਾਣਿਆ ਜਾਂਦਾ। ਹੀ ਇਜ਼ ਨੋਨ ਐਜ਼ ਦਾ ਚੇਅਰਮੈਨ ਆਫ ਕੌਂਸਲ ਆਫ ਸਟੇਟਸ, ਆਰਟੀਕਲ 63। ਉਸ ਤੋਂ ਬਾਅਦ 64 ਦੇ ਵਿੱਚ ਕੀ ਰਹੇਗਾ, ਇਹ 64 ਦੇ ਵਿੱਚ ਇਹ ਰਾਜ ਸਭਾ ਦੇ ਸਭਾਪਤੀ ਵਜੋਂ ਕੰਮ ਕਰਦਾ ਜੀ, ਠੀਕ ਹੈ। 64 ਦੇ ਵਿੱਚ ਰਾਜ ਸਭਾ ਦੇ ਸਭਾਪਤੀ ਦੇ ਤੌਰ 'ਤੇ ਮਤਲਬ ਇਹਨੂੰ ਕੰਮ ਕਰਦਾ ਅਤੇ ਇਸੇ ਨੂੰ ਹੀ ਇਸੇ ਦੇ ਤੌਰ 'ਤੇ ਵੇਤਨ ਮਿਲਦਾ, ਮਤਲਬ ਜਿਹੜਾ ਇਹਨੂੰ ਭੱਤਾ ਜਾਂ ਵੇਤਨ ਮਿਲਣਾ ਉਹ ਰਾਜ ਸਭਾ ਦੇ ਸਭਾਪਤੀ ਦੇ ਤੌਰ 'ਤੇ ਮਿਲੂਗਾ ਜੀ। ਅਤੇ 65 ਦੇ ਵਿੱਚ ਐਜ਼ ਆ ਐਕਟਿੰਗ ਪ੍ਰੈਜ਼ੀਡੈਂਟ, ਜਿਹੜਾ ਉਪ ਰਾਸ਼ਟਰਪਤੀ ਆ ਆਰਟੀਕਲ 65 ਦੇ ਵਿੱਚ ਇੱਕ ਕਾਰਜਕਾਰੀ ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕਰੂਗਾ ਜੀ, ਠੀਕ ਹੈ। ਜਦੋਂ ਵੀ ਕਿਤੇ ਲੋੜ ਪੈਂਦੀ ਹੈ ਰਾਸ਼ਟਰਪਤੀ ਦੀ ਜਗ੍ਹਾ 'ਤੇ, ਮੰਨ ਲਓ ਰਾਸ਼ਟਰਪਤੀ ਦੀ ਕੁਰਸੀ ਖਾਲੀ ਹੁੰਦੀ ਹੈ, ਤਾਂ ਆਰਟੀਕਲ 65 ਦੇ ਵਿੱਚ ਉਪ ਰਾਸ਼ਟਰਪਤੀ ਨੂੰ ਇਹ ਕੰਮ ਸੌਂਪਿਆ ਜਾਂਦਾ ਕਿ ਉਹ ਰਾਸ਼ਟਰਪਤੀ ਦੀ ਜਗ੍ਹਾ ਜਾ ਕੇ ਸਾਂਭੇ, ਠੀਕ ਹੈ ਜੀ। ਤਾਂ ਫਿਰ ਜਦੋਂ ਉਹ ਉਪ ਰਾਸ਼ਟਰਪਤੀ ਹੈ ਜਿਹੜਾ ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕਰਦਾ, ਤਾਂ ਉਸ ਸਮੇਂ ਉਹ ਫਿਰ ਰਾਜ ਸਭਾ ਦੇ ਸਭਾਪਤੀ ਵਜੋਂ ਕੰਮ ਨਹੀਂ ਕਰਦਾ ਜੀ। ਇਸ ਪੁਆਇੰਟ ਨੂੰ ਧਿਆਨ ਨਾਲ ਨੋਟ ਕਰ ਲਿਓ, ਠੀਕ ਹੈ। ਅਤੇ ਇਹਨੂੰ ਫਿਰ ਜਿਹੜੀ ਉੱਥੇ ਸੈਲਰੀ ਮਿਲੂਗੀ ਉਹ ਵੀ ਰਾਸ਼ਟਰਪਤੀ ਦੇ ਵਾਲੀ ਹੀ ਮਿਲੇਗੀ ਜੀ, ਕਲੀਅਰ ਹੈ ਜੀ। 65 ਜਿਹੜਾ ਆਰਟੀਕਲ ਹੈ ਉਹਦੇ ਵਿੱਚ ਕਾਰਜਵਾਹਕ ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕਰੂਗਾ ਉਪ ਰਾਸ਼ਟਰਪਤੀ, ਅਤੇ ਜਿਹੜਾ ਉਪ ਰਾਸ਼ਟਰਪਤੀ ਹੈ ਉਹ ਰਾਜ ਸਭਾ ਦਾ ਸਭਾਪਤੀ ਦੇ ਤੌਰ 'ਤੇ ਕੰਮ ਨਹੀਂ ਕਰੂਗਾ, ਅਤੇ ਜਿਹੜੀ ਉਹਨੂੰ ਸੈਲਰੀ ਮਿਲੂਗੀ ਉਹ ਵੀ ਰਾਸ਼ਟਰਪਤੀ ਦੇ ਵਾਲੀ ਹੀ ਮਿਲੂਗੀ, ਠੀਕ ਹੈ ਜੀ, ਸੇਮ ਐਜ਼ ਅ ਪ੍ਰੈਜ਼ੀਡੈਂਟ। ਉਸ ਤੋਂ ਬਾਅਦ ਆਉਂਦਾ ਜੀ ਆਰਟੀਕਲ 66 ਦੇ ਵਿੱਚ ਕੀ ਹੁੰਦਾ, ਇਲੈਕਸ਼ਨ ਆਫ ਪ੍ਰੈਜ਼ੀਡੈਂਟ ਹੁੰਦਾ ਜੀ, ਵਾਈਸ ਪ੍ਰੈਜ਼ੀਡੈਂਟ ਜਿਹੜਾ ਉਪ ਰਾਸ਼ਟਰਪਤੀ ਹੁੰਦਾ ਉਹਦੀ ਜਿਹੜੀ ਚੋਣ ਹੈ ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ ਇਹ ਕੀਤੀ ਜਾਂਦੀ ਹੈ ਆਰਟੀਕਲ 66 ਦੇ ਵਿੱਚ। ਅਤੇ ਇਹਦੇ ਵਿੱਚ ਜਿਹੜੀ ਚੋਣ ਹੈ ਉਹਦੇ ਵਿੱਚ ਕੌਣ ਹਿੱਸਾ ਲੈਂਦਾ, ਲੋਕ ਸਭਾ ਪਲੱਸ ਰਾਜ ਸਭਾ ਪਲੱਸ ਜਿਹੜੇ ਨੋਮੀਨੇਟਡ ਮੈਂਬਰ ਹੁੰਦੇ ਆ ਜੀ, ਰਾਸ਼ਟਰਪਤੀ ਦੁਆਰਾ ਜਿਹੜੇ ਨਾਮਜ਼ਦ ਕੀਤੇ ਮੈਂਬਰ ਹੁੰਦੇ ਆ ਉਹ ਇਹਦੇ ਵਿੱਚ ਹਿੱਸਾ ਲੈਂਦੇ ਆ। ਅਤੇ ਉਪ ਰਾਸ਼ਟਰਪਤੀ ਚੋਣ ਵਿੱਚ ਹਿੱਸਾ ਕੌਣ ਨਹੀਂ ਲਊਗਾ, ਤਾਂ ਇਹਦੇ ਵਿੱਚ ਵਿਧਾਨ ਸਭਾ ਜਿਹੜੀ ਉਹ ਭਾਗ ਨਹੀਂ ਲੈਂਦੀ, ਵਿਧਾਨ ਸਭਾ ਮੀਨਸ ਲੈਜਿਸਲੇਟਿਵ ਅਸੈਂਬਲੀ। ਓਕੇ, ਤਾਂ ਇਹ ਪੁਆਇੰਟਸ ਨੂੰ ਧਿਆਨ ਨਾਲ ਕਰ ਸਕਦੇ ਹੋ ਤੁਸੀਂ। ਇਹਦੇ ਵਿੱਚ ਇਹ ਵੀ ਚੀਜ਼ ਆਉਂਦਾ ਕਿ ਉਪ ਰਾਸ਼ਟਰਪਤੀ ਦਾ ਅਹੁਦਾ ਖਤਮ ਹੋਣ 'ਤੇ ਉਹ ਆਪਣੇ ਅਹੁਦੇ 'ਤੇ ਰਹੇਗਾ ਜਦੋਂ ਤੱਕ ਨੈਕਸਟ ਜਿਹੜਾ ਪਰਸਨ ਆ ਵਾਈਸ ਪ੍ਰੈਜ਼ੀਡੈਂਟ ਦੇ ਤੌਰ 'ਤੇ ਚੁਣ ਕੇ ਨਹੀਂ ਆ ਜਾਂਦਾ। ਤਾਂ 63 ਦੇ ਵਿੱਚ ਕੀ ਸੀਗਾ ਜੀ, ਐਕਸ ਓਫੀਸ਼ੋ ਚੇਅਰਮੈਨ ਜਾਂ ਕੌਂਸਲ ਆਫ ਸਟੇਟ ਦੇ ਵਿੱਚ ਚੇਅਰਮੈਨ ਹੁੰਦਾ। 64 ਦੇ ਵਿੱਚ ਉਹਨੂੰ ਰਾਜ ਸਭਾ ਦੇ ਤੌਰ ਸਭਾਪਤੀ ਦੇ ਤੌਰ 'ਤੇ ਵੇਤਨ ਮਿਲਦਾ।
65 ਦੇ ਵਿੱਚ ਉਹ ਕਾਰਜਵਾਹਕ ਰਾਸ਼ਟਰਪਤੀ ਦੇ ਤੌਰ ਤੇ ਕੰਮ ਕਰੂਗਾ ਤੇ ਉਹਨੂੰ ਤਨਖਾਹ ਵੀ ਹੈ ਜਿਹੜੀ ਰਾਸ਼ਟਰਪਤੀ ਵਾਲੀ ਮਿਲਣੀ ਹੈ, ਪਰ ਉਹ ਰਾਜ ਸਭਾ ਦੇ ਸਭਾਪਤੀ ਵਜੋਂ ਕੰਮ ਨਹੀਂ ਕਰੂਗਾ ਜਦੋਂ ਉਹਨੇ ਐਕਟਿੰਗ ਦੇ ਵਿੱਚ ਆਇਆ, ਮੀਨਸ ਕਾਰਜਵਾਹਕ ਰਾਸ਼ਟਰਪਤੀ ਆਇਆ। 66 ਦੇ ਵਿੱਚ ਪੁਆਇੰਟ ਹੈਗਾ ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ, ਇਹਦੇ ਵਿੱਚ ਕੌਣ ਕੌਣ ਭਾਗ ਲੈ ਸਕਦਾ, ਲੋਕ ਸਭਾ, ਰਾਜ ਸਭਾ ਅਤੇ ਨੋਮੀਨੇਟਡ ਮੈਂਬਰ ਲੈਂਦੇ ਆ ਜੀ, ਠੀਕ ਹੈ, ਅਤੇ ਇਹਦੇ ਵਿੱਚ ਵਿਧਾਨ ਸਭਾ ਭਾਗ ਨਹੀਂ ਲੈਂਦੀ। ਇਹਦੀ ਇਲੈਕਸ਼ਨ ਪ੍ਰੋਸੀਜਰ ਦੇ ਲਈ ਜੇ ਸਾਨੂੰ ਅਨੁਮੋਦਕ ਅਤੇ ਪ੍ਰਸਤਾਵਕ ਪੁੱਛੇ ਜਾਣਗੇ ਤਾਂ ਉਹਨਾਂ ਦੀ ਗਿਣਤੀ ਕਿੰਨੀ ਹੋਊਗੀ, ਤਾਂ ਇਹਨਾਂ ਦੇ ਲਈ ਅਨੁਮੋਦਕ ਆ ਜਿਹੜੇ 20 ਅਤੇ ਜਿਹੜੇ ਪ੍ਰਸਤਾਵਕ ਹੁੰਦੇ ਆ ਉਹਨਾਂ ਨੂੰ ਵੀ 20 ਹੀ ਕਿਹਾ ਜਾਂਦਾ, ਅਨੁਮੋਦਕ ਅਤੇ ਪ੍ਰਸਤਾਵਕ। ਇਹਨਾਂ ਦੀ ਗਿਣਤੀ ਕਿੰਨੀ ਰਹੂਗੀ ਜੀ, ਇਹਨਾਂ ਦੀ ਗਿਣਤੀ ਰਹੂਗੀ 20। ਠੀਕ ਹੈ, ਪਰਮੇਸ਼ਰ ਜਾਂ ਇਹਨੂੰ ਮੂਵਰ ਦੇ ਨਾਮ 'ਤੇ ਜਾਣਿਆ ਜਾਂਦਾ। ਉਪ ਰਾਸ਼ਟਰਪਤੀ ਨੂੰ ਰਾਜ ਸਭਾ ਦੁਆਰਾ ਹਟਾਇਆ ਜਾ ਸਕਦਾ ਹੈ, ਪਰ ਇਹਦੇ ਵਿੱਚ ਜਿਵੇਂ ਅਸੀਂ ਪੁਆਇੰਟ ਪਿੱਛੇ ਡਿਸਕਸ ਕੀਤਾ ਸੀ, ਉੱਥੇ ਸਹਿਮਤੀ ਕਿਹਦੀ ਹੋਊਗੀ, ਉੱਥੇ ਲੋਕ ਸਭਾ ਦੀ ਸਹਿਮਤੀ ਹੋਣੀ ਚਾਹੀਦੀ ਹੈ, ਅਤੇ ਰਾਜ ਸਭਾ ਦੁਆਰਾ ਇਹਨੂੰ ਬਿੱਲ ਪਾਸ ਕਰਕੇ ਹਟਾਇਆ ਜਾ ਸਕਦਾ। ਇੱਥੇ ਇੱਕ ਪੁਆਇੰਟ ਦਿੱਤਾ ਹੋਇਆ ਜੀ ਆਪਣੇ ਕੋਲ, ਜੇ ਉਪ ਭਾਰਤ ਦਾ ਪਹਿਲਾ ਉਪਰਾਸ਼ਟਰਪਤੀ ਕੌਣ ਬਣਿਆ ਸੀ, ਡਾਕਟਰ ਰਾਧਾ ਕ੍ਰਿਸ਼ਨ, ਅਤੇ ਇਹ ਪਰਸਨ ਦੂਸਰੇ ਰਾਸ਼ਟਰਪਤੀ ਵੀ ਬਣੇ ਸੀ, ਅਤੇ ਜਿਹੜੇ ਕ੍ਰਿਸ਼ਨ ਆਪਣਾ ਰਾਧਾ ਕ੍ਰਿਸ਼ਨਨ ਹੈ ਇਹ ਭਾਰਤ ਦੇ ਉਪ ਰਾਸ਼ਟਰਪਤੀ ਇਹ ਲਗਾਤਾਰ 2 ਵਾਰ ਬਣੇ ਹੈ ਜੀ, ਠੀਕ ਹੈ, ਜਿਨ੍ਹਾਂ ਨੂੰ ਭਾਰਤ ਰਤਨ ਮਿਲਿਆ ਹੋਇਆ। ਰਾਧਾ ਕ੍ਰਿਸ਼ਨ 2 ਵਾਰੀ ਉਪਰਾਸ਼ਟਰਪਤੀ ਬਣੇ ਹੈ ਜੀ, ਅਤੇ ਉਸ ਤੋਂ ਬਾਅਦ ਜਿਹੜੇ ਕ੍ਰਿਸ਼ਨ ਕਾਂਤ ਪਹਿਲੇ ਰਾਸ਼ਟਰਪਤੀ ਹੋਏ ਸੀਗੇ ਜਿਨ੍ਹਾਂ ਦੀ ਕਾਰਜਕਾਲ ਦੇ ਦੌਰਾਨ ਮੌਤ ਹੋਈ ਹੈ ਜੀ, ਠੀਕ ਹੈ, ਇਹ ਵੀ ਨੋਟ ਕਰ ਸਕਦੇ ਹੋ, ਕ੍ਰਿਸ਼ਨ ਕਾਂਤ ਪਹਿਲੇ ਉਪਰਾਸ਼ਟਰਪਤੀ। ਉਸ ਤੋਂ ਬਾਅਦ ਆਰਟੀਕਲ 67 ਆਉਂਦਾ ਜੀ, 66 ਤੱਕ ਅਸੀਂ ਡਿਸਕਸ ਕਰ ਚੁੱਕੇ ਹਾਂ, ਜੇ ਆਰਟੀਕਲ ਅਸੀਂ 66 ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹਦਾ ਟੈਨਰ ਆਉਂਦਾ ਜੀ, ਟੈਨਰ ਹੁੰਦਾ ਜੀ ਕਾਰਜਕਾਲ, ਅਤੇ ਜਿਹੜਾ ਉਪਰਾਸ਼ਟਰਪਤੀ ਹੈ ਇਹ 5 ਸਾਲ ਦੇ ਲਈ ਚੁਣਿਆ ਜਾਂਦਾ, ਠੀਕ ਹੈ, ਅਤੇ ਜੇ ਇਹਨੂੰ ਕਾਰਜਕਾਲ ਮਤਲਬ ਇਹਨੂੰ ਕਹਿ ਲਓ ਕਿ ਇਹਨੂੰ ਪਹਿਲਾਂ ਹਟਾਉਣਾ ਅਤੇ ਇਹਨੂੰ ਪਹਿਲਾਂ ਹਟਾਇਆ ਵੀ ਜਾ ਸਕਦਾ। ਲੋਕ ਸਭਾ ਅਤੇ ਰਾਜ ਸਭਾ ਮਿਲ ਕੇ ਮਹਾਂਦੋਸ਼ ਲਗਾਉਂਦੇ ਆ, ਅਤੇ ਉਪਰਾਸ਼ਟਰਪਤੀ ਨੂੰ ਹਟਾਉਣ ਦਾ ਜਿਹੜਾ ਪ੍ਰਸਤਾਵ ਆ ਉਹ ਸਿਰਫ ਰਾਜ ਸਭਾ ਦੇ ਵਿੱਚੋਂ ਹੀ ਲਿਆਂਦਾ ਜਾਏਗਾ, ਉਹਨੂੰ ਲੋਕ ਸਭਾ ਨਹੀਂ ਲੈ ਕੇ ਆਊਗੀ। ਤਾਂ ਇਹਦੀ ਜਿਹੜੀ ਕਾਰਵਾਈ ਹੈ, ਜੇ ਮੰਨ ਲਓ ਰਾਜ ਸਭਾ ਦੇ ਵਿੱਚੋਂ ਇਹਦਾ ਪ੍ਰਸਤਾਵ ਲਿਆਂਦਾ ਜਾਂਦਾ ਤਾਂ ਉਹਨੂੰ 1/4 ਜਾਂ 25% ਦੇ ਨਾਲ ਇਹਨੂੰ ਲਿਆਂਦਾ ਜਾਊਗਾ ਜੀ, ਜਾਂ ਉਹਨੂੰ 25% ਮਤਲਬ ਟੋਟਲ ਦਾ 25% ਜਾਂ ਟੋਟਲ ਦਾ 1/4 ਪ੍ਰਸਤਾਵ ਲਿਆਂਦਾ ਜਾਊਗਾ, ਅਤੇ ਇਹਨੂੰ ਪਾਸ ਕਰਨ ਦੇ ਲਈ ਜੇ ਲੋਕ ਸਭਾ ਦੀ ਸਹਿਮਤੀ ਚਾਹੀਦੀ ਹੈ ਤਾਂ ਉੱਥੇ ਸਪੈਸ਼ਲ ਮੈਜੋਰਿਟੀ ਚਾਹੀਦੀ ਹੈ 2/3, ਜੇ ਇਹ ਬਿੱਲ 2/3 ਦੇ ਨਾਲ ਪਾਸ ਹੁੰਦਾ ਤਾਂ ਉਪਰਾਸ਼ਟਰਪਤੀ ਨੂੰ ਹਟਾਇਆ ਜਾ ਸਕਦਾ। ਇਹਦੇ ਉੱਪਰ ਮਹਾਂਦੋਸ਼ ਲਗਾਉਣ ਦਾ ਜਿਹੜਾ ਪੀਰੀਅਡ ਆ ਉਹਦੇ ਵਿੱਚ ਜੇ ਸਾਨੂੰ ਗੈਪ ਪੁੱਛਿਆ ਜਾਵੇ ਜਾਂ ਕਿੰਨੇ ਦਿਨਾਂ ਦਾ ਟਾਈਮ ਦਿੱਤਾ ਜਾਂਦਾ ਤਾਂ 14 ਦਿਨ, ਉਹਨਾਂ 14 ਦਿਨਾਂ ਦੇ ਵਿੱਚ ਮੰਨ ਲਓ ਇਹਨਾਂ ਦੇ ਸਾਹਮਣੇ ਇਹ ਪ੍ਰਸਤਾਵ ਆ ਜਿਹੜਾ ਉਹ ਰੱਖਿਆ ਜਾਂਦਾ, ਠੀਕ ਹੈ। ਹੁਣ ਤੱਕ ਕਿਸੇ ਵੀ ਉਪਰਾਸ਼ਟਰਪਤੀ ਨੂੰ ਹਟਾਇਆ ਨਹੀਂ ਜਾ ਸਕਿਆ, ਠੀਕ ਹੈ ਜੀ। ਤਾਂ ਇਹ ਸੀਗਾ ਆਰਟੀਕਲ 67, ਅਸੀਂ 66 ਕੀਤਾ, ਸੋਰੀ ਇੱਥੇ 67 ਆਏਗਾ, 67 ਆਰਟੀਕਲ। ਉਸ ਤੋਂ ਬਾਅਦ 68 ਆਰਟੀਕਲ ਹੈ ਜੀ, 68 ਦੇ ਵਿੱਚ ਕੀ ਆਏਗਾ, ਟਾਈਮ ਆਫ ਇਲੈਕਸ਼ਨ। ਤਾਂ ਇਹ ਕੀ ਹੁੰਦਾ, ਐਜ਼ ਸੂਨ ਐਜ਼ ਪੋਸੀਬਲ, ਮਤਲਬ ਜਿਹੜਾ ਇਹਦਾ ਅਹੁਦਾ ਜੇ ਜਲਦੀ ਖਤਮ ਹੁੰਦਾ ਮੀਨ ਤਾਂ ਉਹਨੂੰ ਜਿੰਨਾ ਜਲਦੀ ਹੋ ਸਕਦਾ ਉਹਨੂੰ ਭਰਿਆ ਜਾਵੇ, ਠੀਕ ਹੈ, ਐਜ਼ ਸੂਨ ਐਜ਼ ਪੋਸੀਬਲ, ਜਿੰਨਾ ਜਲਦੀ ਸੰਭਵ ਹੋ ਸਕੇ। ਆਰਟੀਕਲ 69 ਦੇ ਵਿੱਚ ਕੀ ਪੁਆਇੰਟ ਆਏਗਾ, 69 ਦੇ ਵਿੱਚ ਆਏਗਾ ਜੀ ਔਥ, ਮੀਨਸ ਸੌਂ। ਤਾਂ ਰਾਸ਼ਟਰਪਤੀ ਦੁਆਰਾ ਜਿਹੜੀ ਇਹਨੂੰ ਸੌਂ ਆ ਚੁਕਾਈ ਜਾਂਦੀ ਹੈ,
ਠੀਕ ਹੈ, ਤਾਂ ਅਸੀਂ ਕਹਿ ਸਕਦੇ ਔਥ ਹੈ ਜਿਹੜੀ ਉਹ ਰਾਸ਼ਟਰਪਤੀ ਦੁਆਰਾ ਹੋਊਗੀ, ਪ੍ਰੈਜ਼ੀਡੈਂਟ ਦੁਆਰਾ, ਅਤੇ ਰਾਸ਼ਟਰਪਤੀ ਨੂੰ ਹੀ ਇਹ ਪਰਸਨ ਜਿਹੜਾ ਆਪਣਾ ਜਿਹੜਾ ਤਿਆਗ ਪੱਤਰ ਆ ਉਹ ਦਿੰਦਾ ਜੀ। ਓਕੇ, ਇੱਥੋਂ ਤੱਕ ਜਿਹੜਾ 66 ਤੋਂ ਲੈ ਕੇ 69 ਤੱਕ ਸਾਡੇ ਕੋਲ ਵਾਈਸ ਪ੍ਰੈਜ਼ੀਡੈਂਟ ਹੈ, ਉਹਦੇ ਮੇਨ ਪੁਆਇੰਟਸ ਹੈ, ਤਾਂ ਇਹਨਾਂ ਨੂੰ ਅਸੀਂ ਇਹਨਾਂ ਨੂੰ ਤੁਸੀਂ ਮੀਨਸ ਧਿਆਨ ਦੇ ਨਾਲ ਡਿਸਕਸ ਕਰ ਲਿਓ, ਠੀਕ ਹੈ, ਜਾਂ ਨੋਟ ਡਾਊਨ ਕਰ ਸਕਦੇ ਹੋ। ਇੱਥੋਂ ਤੱਕ ਜਿਹੜਾ ਟੋਪਿਕ ਸੀਗਾ ਸਾਡਾ ਉਹ ਰਾਜ ਸਭਾ ਦਾ ਰਿਲੇਟਡ ਵਿੱਚ ਉਪਰਾਸ਼ਟਰਪਤੀ ਸੀ, ਉਹਨਾਂ ਦੇ ਸਾਰੇ ਆਰਟੀਕਲ ਜਿਹੜੇ ਆਪਾਂ ਡਿਸਕਸ ਕੀਤੇ ਆ, ਤਾਂ ਇਹਨਾਂ ਨੂੰ ਤੁਸੀਂ ਦੁਬਾਰਾ ਦੇਖ ਸਕਦੇ ਹੋ। ਠੀਕ ਹੈ, 63 ਤੋਂ ਲੈ ਕੇ 69 ਤੱਕ ਮਤਲਬ ਟੋਟਲ ਆਰਟੀਕਲਸ ਰਹਿਣਗੇ। ਇਸ ਤੋਂ ਜਿਹੜਾ ਅਗਲਾ ਪ੍ਰੋਸੈਸ ਸਾਡਾ ਸਰਕਾਰ ਦਾ ਰਹੂਗਾ ਜੀ, ਉਹ ਲੋਕ ਸਭਾ ਸਟਾਰਟ ਹੋਣੀ ਹੈ, ਲੋਕ ਸਭਾ ਆਰਟੀਕਲ 81 ਦੇ ਵਿੱਚ। ਇਹਦੇ ਮੇਨ ਪੁਆਇੰਟਸ ਕਿਹੜੇ ਕਿਹੜੇ ਉਹਨਾਂ ਨੂੰ ਡਿਸਕਸ ਕਰਦੇ ਹਾਂ ਆਪਾਂ। ਆਰਟੀਕਲ ਲੋਕ ਸਭਾ ਆਰਟੀਕਲ 81 ਦੇ ਵਿੱਚ ਆਊਗੀ, ਲੋਕ ਸਭਾ ਨੂੰ ਸੰਸਦ ਦਾ ਪਹਿਲਾ ਸਦਨ ਕਿਹਾ ਜਾਂਦਾ ਜੀ, ਫਸਟ ਹਾਊਸ ਇਹਨੂੰ ਬੋਲਿਆ ਜਾਂਦਾ। ਇਹ ਹੇਠਲਾ ਸਦਨ ਮੀਨਸ ਇਹਨੂੰ ਲੋਅਰ ਹਾਊਸ ਬੋਲਦੇ ਹਾਂ ਅਸੀਂ, ਜਾਂ ਇਹਨੂੰ ਨੋਨ ਪਰਮਾਨੈਂਟ ਮਤਲਬ ਅਸਥਾਈ ਸਦਨ ਕਿਹਾ ਜਾਂਦਾ। ਠੀਕ ਹੈ, ਇਹਨੇ ਵੀ ਦੇਖੋ ਮੈਂਬਰ ਦੀ ਗਿਣਤੀ 552 ਦਿੱਤੀ ਹੋਈ ਹੈ, ਅਤੇ 550 ਚੁਣ ਕੇ, ਅਤੇ 200 ਦੋ ਐਂਗਲੋ ਇੰਡੀਅਨ ਹੈ ਜਿਹੜੇ। ਠੀਕ ਹੈ, ਇਹ ਦੋ ਐਂਗਲੋ ਇੰਡੀਅਨ ਰਾਸ਼ਟਰਪਤੀ ਦੁਆਰਾ ਭੇਜੇ ਜਾਂਦੇ ਸਨ। ਠੀਕ ਹੈ, ਇਹ ਹੁਣ ਐਂਗਲੋ ਇੰਡੀਅਨ ਦਾ ਜਿਹੜਾ ਪ੍ਰੋਸੈਸ ਖਤਮ ਹੋ ਚੁੱਕਿਆ, ਤਾਂ ਵਰਤਮਾਨ ਲੋਕ ਸਭਾ ਦੇ ਵਿੱਚ 545 ਹੈ, ਅਤੇ ਜੇ ਵਰਤਮਾਨ ਦੇ ਵਿੱਚੋਂ 545 ਨੂੰ ਵਿੱਚੋਂ ਐਂਗਲੋ ਇੰਡੀਅਨ ਅਸੀਂ ਸਕਿੱਪ ਕਰਦੇ ਹਾਂ, ਛੱਡਦੇ ਹਾਂ, ਤਾਂ ਜਿਹੜੀਆਂ ਐਟ ਪ੍ਰੈਜੈਂਟ ਲੋਕ ਸਭਾ ਦੀਆਂ ਸੀਟਾਂ ਰਹਿਣਗੀਆਂ ਉਹ 543। ਤਾਂ ਤੁਸੀਂ ਇਹਦੇ ਲਈ ਕੀ ਯਾਦ ਰੱਖਣਾ ਕਿ 543 ਜਿਹੜੇ ਮੈਕਸੀਮਮ ਮੈਕਸੀਮਮ ਜਿਹੜੇ ਮੈਂਬਰ ਰਹਿਣਗੇ ਉਹ 550 ਰਹੂਗਾ ਜੀ, ਅਤੇ ਜਿਹੜੇ ਚੁਣੇ ਜਾਂਦੇ ਉਹ 543 ਹੈ। ਤਾਂ ਇਹਦੇ ਵਿੱਚੋਂ ਦੋਵਾਂ ਦਾ ਜਿਹੜਾ ਪ੍ਰੋਸੈਸ ਹੈ ਐਂਗਲੋ ਇੰਡੀਅਨ ਦਾ ਜਿਹੜਾ ਉਹ ਖਤਮ ਹੋ ਚੁੱਕਿਆ। ਅਤੇ ਇੱਥੇ ਕੁਸ਼ਚਨ ਇੱਕ ਹੋਰ ਦਿੱਤਾ ਹੈ, ਲੋਕ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਉੱਤਰ ਪ੍ਰਦੇਸ਼ ਦੀਆਂ 80 ਅਤੇ ਪੰਜਾਬ ਦੀਆਂ ਕਿੰਨੀਆਂ ਜੀ, 13। 104 ਨੰਬਰ ਦੀ ਸੋਧ ਹੋਈ ਸੀ, ਐਂਗਲੋ ਇੰਡੀਅਨ ਖਤਮ ਕਰ ਦਿੱਤੇ ਗਏ ਸੀਗੇ। 126ਵਾਂ ਐਕਟ 2019 ਦੇ ਵਿੱਚ ਬਿੱਲ ਸੀ ਜਿਹੜਾ ਲਾਗੂ ਹੋਇਆ, ਜਨਵਰੀ 2020 ਦੇ ਵਿੱਚ। ਅਸੀਂ ਇਹ ਕਹਿ ਸਕਦੇ ਹਾਂ ਕਿ ਜਨਵਰੀ 2020 ਦੇ ਵਿੱਚ ਇਹ ਬਿੱਲ ਲਾਗੂ ਹੁੰਦਾ, ਐਕਟ ਕਿਹੜਾ ਸੀਗਾ 2019 ਦਾ। ਅਤੇ ਇਹਦੇ ਵਿੱਚ ਐੱਸ ਸੀ ਅਤੇ ਐੱਸ ਟੀ ਦੀਆਂ ਸੀਟਾਂ 10 ਸਾਲਾਂ ਲਈ ਨਿਸ਼ਚਿਤ ਕਰ ਦਿੱਤੀਆਂ ਸਨ, ਅਤੇ ਪੰਜਾਬ ਵਿੱਚ ਐੱਸ ਸੀ ਦੀਆਂ ਸੀਟਾਂ 4 ਹਨ। ਜਿਹੜੀਆਂ ਇਹ 4 ਸੀਟਾਂ ਕਿਹਦੇ ਵਿੱਚੋਂ ਹਨ, ਇਹ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਇਹਦੇ ਵਿੱਚੋਂ ਜਿਹੜੀਆਂ ਰਿਜ਼ਰਵ ਸੀਟਾਂ ਉਹ 4 ਆ ਜੀ। ਅਤੇ ਜੇ ਅਸੀਂ ਰਾਜ ਸਭਾ ਦੀ ਸੀਟਾਂ ਦੀ ਗੱਲ ਕਰੀਏ, ਰਾਜ ਸਭਾ ਦੀਆਂ ਸੀਟਾਂ 7 ਰਹਿਣਗੀਆਂ ਜੀ, ਉਹਨਾਂ ਵਿੱਚੋਂ ਰਿਜ਼ਰਵ ਸੀਟ ਕੋਈ ਵੀ ਨਹੀਂ ਹੈ ਹੁੰਦੀ। ਠੀਕ ਹੈ, ਤਾਂ ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਹੈ, 25 ਸਾਲ। ਸਮਾਂ ਕੀ ਰਹੂਗਾ ਜੀ, 5 ਸਾਲ। ਸਭਾਪਤੀ ਮਤਲਬ ਜਿਹੜਾ ਸਪੀਕਰ ਆ ਉਹਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ, 25 ਸਾਲ। ਉਹ ਵੀ ਕਿੰਨੇ ਸਮੇਂ ਲਈ ਚੁਣਿਆ ਜਾਊਗਾ, 5 ਸਾਲ ਦੇ ਲਈ ਉਹਨੂੰ ਚੁਣਿਆ ਜਾਊਗਾ। ਪ੍ਰੋਟੈਮ ਸਪੀਕਰ ਕੀ ਹੁੰਦਾ, ਇਹਨੂੰ ਆਰਜੀ ਸਪੀਕਰ ਕਿਹਾ ਜਾਂਦਾ। ਵਰਤਮਾਨ ਦੇ ਵਿੱਚ ਵਰਿੰਦਰ ਕੁਮਾਰ, ਅਤੇ ਇਸਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਜਿਹੜੀ ਉਹ ਕੀਤੀ ਜਾਂਦੀ ਹੈ। ਆਰਜੀ ਸਪੀਕਰ, ਪ੍ਰੋਟੈਮ ਮਤਲਬ ਜਿਹੜੇ ਬਾਕੀ ਸੰਸਦ ਦੇ ਮੈਂਬਰ ਹੁੰਦੇ ਆ ਉਹਨਾਂ ਨੂੰ ਸਹੁੰ ਚੁਕਾਉਣ ਦੇ ਲਈ ਹੁੰਦਾ ਜੀ। ਅਤੇ ਆਰਜੀ ਸਪੀਕਰ ਜਿਹਨੂੰ ਪ੍ਰੋਟੈਮ ਸਪੀਕਰ ਅਸੀਂ ਬੋਲਦੇ ਹਾਂ, ਉਹਦੀ ਨਿਯੁਕਤੀ ਕਿਹਦੇ ਦੁਆਰਾ ਹੁੰਦੀ, ਉਹ ਰਾਸ਼ਟਰਪਤੀ ਦੁਆਰਾ ਹੀ ਹੁੰਦੀ ਹੈ। ਅਸੀਂ ਗੱਲ ਕੀਤੀ ਸੀ ਪ੍ਰੋਟੈਮ ਸਪੀਕਰ ਦੀ, ਅਤੇ ਇਹਦੇ ਵਿੱਚ ਗੱਲ ਕਰ ਰਹੇ ਹਾਂ। ਦੇਖੋ ਪ੍ਰੋਟੈਮ ਸਪੀਕਰ ਜਿਹੜਾ ਵਰਤਮਾਨ ਦੇ ਵਿੱਚ ਵਰਿੰਦਰ ਕੁਮਾਰ ਸੀ, ਪਰ ਜਿਹੜੀਆਂ 2024 ਦੇ ਇਲੈਕਸ਼ਨਸ ਹੋਏ ਆ ਹੁਣ, ਇਹਦੇ ਵਿੱਚ ਇਹਨਾਂ ਨੂੰ ਅਨਾਊਂਸ ਕਰਨਾ ਹਜੇ, ਠੀਕ ਹੈ, ਟੂ ਬੀ ਅਨਾਊਂਸ ਦੇ ਵਿੱਚ ਹੈ। ਤਾਂ ਸਪੀਕਰ ਵੀ ਅਤੇ ਲੋਕ ਸਭਾ ਦਾ ਜਿਹੜਾ ਆਰਜੀ ਸਪੀਕਰ ਹੈ, ਆਰਜੀ ਸਪੀਕਰ ਦਾ ਜਿਹੜਾ ਮੇਨ ਕੰਮ ਹੁੰਦਾ ਉਹ ਕੀ ਹੁੰਦਾ, ਬਾਕੀ ਮੈਂਬਰਾਂ ਨੂੰ ਸਹੁੰ ਚੁਕਾਉਂਦਾ। ਇਹਦੀ ਨਿਯੁਕਤੀ ਕਿਹਦੇ ਦੁਆਰਾ ਹੁੰਦੀ ਹੈ, ਇਹਦੀ ਨਿਯੁਕਤੀ ਹੁੰਦੀ ਹੈ ਰਾਸ਼ਟਰਪਤੀ ਦੁਆਰਾ। ਸਪੀਕਰ ਦੀ ਚੋਣ ਕੌਣ ਕਰਦਾ, ਸਪੀਕਰ ਦੀ ਚੋਣ ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਹੀ ਕਰਦੇ ਹਨ, ਠੀਕ ਹੈ, ਕਿਉਂਕਿ ਸਪੀਕਰ ਲੋਕ ਸਭਾ ਦੇ ਮੈਂਬਰ ਜਿਹੜੇ ਹੁੰਦੇ ਉਹਨਾਂ ਦੇ ਵਿੱਚੋਂ ਹੀ ਇੱਕ ਨੂੰ ਸਪੀਕਰ ਬਣਾਇਆ ਜਾਂਦਾ, ਤਾਂ ਇਹਦੀ ਚੋਣ ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਕਰਨਗੇ।
ਤਾਂ 100 ਲੋਕ ਸਭਾ ਦੇ ਸਪੀਕਰ ਨੂੰ ਕੋਈ ਵੀ 100 ਨਹੀਂ ਚੁਕਾਉਂਦਾ, ਕਿਉਂਕਿ ਉਹ ਪਹਿਲਾਂ ਹੀ MP ਵਜੋਂ 100 ਚੁੱਕ ਕੇ ਆਇਆ ਹੁੰਦਾ। ਮੀਨਸ ਉਹ ਮੈਂਬਰ ਆਫ ਪਾਰਲੀਮੈਂਟ ਦੇ ਤੌਰ 'ਤੇ ਉਹਨੇ ਔਥ ਲੈ ਚੁੱਕਿਆ ਹੁੰਦਾ। ਠੀਕ ਹੈ, ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਕਿ ਜਿਹੜੀਆਂ ਚੀਜ਼ਾਂ ਦੇ ਵਿੱਚ ਅਨਾਊਂਸਮੈਂਟ ਹੋਣੀ ਹੈ, ਇਹ ਜਿਹੜੀ ਲੋਕ ਸਭਾ ਚੱਲਦੀ ਪਈ ਹੈ ਐਟ ਪ੍ਰੈਜੈਂਟ, ਇਸ ਤੋਂ ਪਹਿਲਾਂ 17 ਸੀ, 17ਵੀਂ ਸੀ, ਇਹ ਜਿਹੜੀ ਐਟ ਪ੍ਰੈਜੈਂਟ ਲੋਕ ਸਭਾ ਰਹੂਗੀ ਇਹ 18ਵੀਂ ਲੋਕ ਸਭਾ ਰਹੂਗੀ ਜੀ 2024 ਦੇ ਵਿੱਚ 18ਵੀਂ ਲੋਕ ਸਭਾ। ਤਾਂ ਤਿਆਗ ਪੱਤਰ ਦੇ ਵਿੱਚ ਕੀ ਹੈ, ਤਿਆਗ ਪੱਤਰ ਲੋਕ ਸਭਾ ਦਾ ਸਪੀਕਰ ਜਿਹੜਾ ਆਪਣਾ ਤਿਆਗ ਪੱਤਰ ਕਿਹਨੂੰ ਦਿੰਦਾ, ਡਿਪਟੀ ਸਪੀਕਰ ਨੂੰ। ਇਹਦੇ ਕੰਮ ਕੀ ਹੋਣਗੇ, ਲੋਕ ਸਭਾ ਦੀ ਪ੍ਰਧਾਨਗੀ ਕਰਨੀ, ਧਨ ਬਿੱਲ ਦੀ ਪੁਸ਼ਟੀ ਕਰਨੀ, ਮੀਨਸ ਕੋਈ ਬਿੱਲ ਮਨੀ ਬਿੱਲ ਹੈ ਜਾਂ ਨਹੀਂ, ਠੀਕ ਹੈ, ਉਹਦੇ ਬਾਰੇ ਦੱਸਣਾ। ਜੁਆਇੰਟ ਸੈਸ਼ਨ ਬੁਲਾਉਣਾ, ਮੰਨ ਲਓ 108 ਦੀ ਪ੍ਰਧਾਨਗੀ, ਕਿਉਂਕਿ ਜਿਹੜਾ ਜੁਆਇੰਟ ਸੈਸ਼ਨ ਹੈ ਇਹਨੂੰ ਜਿਹੜੀ ਕਾਲ ਹੈ ਇਹ ਰਾਸ਼ਟਰਪਤੀ ਦੁਆਰਾ ਦਿੱਤੀ ਜਾਂਦੀ ਹੈ। ਜੁਆਇੰਟ ਸੈਸ਼ਨ ਨੂੰ ਰਾਸ਼ਟਰਪਤੀ ਦੁਆਰਾ ਇਹ ਬੁਲਾਇਆ ਜਾਂਦਾ, ਪਰ ਇਹਦੀ ਜਿਹੜੀ ਪ੍ਰਿਜ਼ਾਈਡਿੰਗ ਹੁੰਦੀ ਹੈ, ਮਤਲਬ ਪ੍ਰਧਾਨਗੀ ਕੌਣ ਕਰਦਾ, ਇਹਦੀ ਪ੍ਰਧਾਨਗੀ ਕੀਤੀ ਜਾਂਦੀ ਹੈ ਆਪਣਾ ਲੋਕ ਸਭਾ ਦੇ ਸਪੀਕਰ ਦੁਆਰਾ। 3 ਵਾਰੀ ਇਹ ਬੁਲਾਇਆ ਜਾ ਚੁੱਕਿਆ ਜੀ, ਪਹਿਲੀ ਵਾਰੀ 1961 ਦਹੇਜ ਵਿਰੋਧੀ ਬਿੱਲ ਦੇ ਵਿੱਚ ਬੁਲਾਇਆ ਗਿਆ ਸੀ, ਫਿਰ ਦੂਜੀ ਵਾਰ 1978 ਦੇ ਬੈਂਕਿੰਗ ਸੇਵਾਵਾਂ ਆਯੋਗ ਰੱਦ ਕਰਨ, ਅਤੇ ਤੀਜੀ ਵਾਰੀ ਆਤੰਕਵਾਦ ਜਿਹੜਾ ਵਿਰੋਧ ਬਿੱਲ ਸੀਗਾ ਐਂਟੀ ਟੈਰਿਸਟ। ਠੀਕ ਹੈ, ਕਾਸਟਿੰਗ ਵੋਟ ਕੀ ਹੁੰਦੀ ਹੈ, ਕਾਸਟਿੰਗ ਵੋਟ ਆਰਟੀਕਲ 100 ਦੇ ਵਿੱਚ ਆਉਂਦੀ, ਜਿਹਨੂੰ ਨਿਰਣਾਇਕ ਵੋਟ ਦਾ ਨਾਮ ਦਿੱਤਾ ਜਾਂਦਾ। ਜਦੋਂ ਵੋਟ ਬਰਾਬਰ ਹੋ ਜਾਵੇ ਤਾਂ ਕਾਸਟਿੰਗ ਵੋਟ ਦੇਣ ਦਾ ਅਧਿਕਾਰ ਕਿਹਦੇ ਕੋਲ ਹੁੰਦਾ, ਸਪੀਕਰ ਕੋਲ ਹੁੰਦਾ, ਇਹਨੂੰ ਨਿਰਣਾਇਕ ਵੋਟ ਕਿਹਾ ਜਾਂਦਾ। ਲੋਕ ਸਭਾ ਦਾ ਜਿਹੜਾ ਸਭ ਤੋਂ ਪਹਿਲਾਂ ਸਪੀਕਰ ਸੀ ਉਹ GV ਮਾਵਲੰਕਰ ਗਣੇਸ਼ ਵਾਸੂਦੇਵ ਮਾਵਲੰਕਰ ਸੀ, ਲੋਕ ਸਭਾ ਦੇ ਪਹਿਲੇ ਸਪੀਕਰ ਦੇ ਤੌਰ 'ਤੇ। ਅਤੇ ਪਹਿਲੀ ਮਹਿਲਾ ਸਪੀਕਰ ਸੀ ਜਿਹੜੀ ਉਹ ਮੀਰਾ ਕੁਮਾਰੀ, ਵਰਤਮਾਨ ਜਿਹੜੀ ਲੋਕ ਸਭਾ ਚੱਲ ਰਹੀ ਸੀ ਉਹਦੇ ਵਿੱਚ ਓਮ ਬਿਰਲਾ ਸੀ, ਅਤੇ ਇਸ ਤੋਂ ਬਾਅਦ ਜਿਹੜਾ 26 ਜੂਨ ਨੂੰ ਜਿਹੜਾ ਸਪੈਸ਼ਲ ਸੈਸ਼ਨ ਹੋ ਜਾ ਰਿਹਾ ਸੰਸਦ ਦਾ, ਲੋਕ ਸਭਾ ਦਾ, ਉਹਦੇ ਵਿੱਚ ਮਤਲਬ ਜਿਹੜੀ ਅਨਾਊਂਸਮੈਂਟ ਆ ਉਹ ਐਟ ਪ੍ਰੈਜੈਂਟ ਸਪੀਕਰ ਦੀ ਉਹ ਕੀਤੀ ਜਾਊਗੀ। ਤਾਂ ਸਪੀਕਰ ਅਤੇ ਉਪ ਸਪੀਕਰ ਆ ਜਿਹੜੇ ਉਹ ਆਰਟੀਕਲ 93 ਦੇ ਵਿੱਚ ਹੈ, ਭਾਰਤੀ ਸੰਵਿਧਾਨ ਦਾ ਆਰਟੀਕਲ 93 ਸਪੀਕਰ ਐਂਡ ਡਿਪਟੀ ਸਪੀਕਰ ਦੇ ਲਈ ਹੈ, ਇਹਨਾਂ ਦੀ ਨਿਯੁਕਤੀ ਹੁੰਦੀ ਹੈ, ਅਤੇ ਇਹਨਾਂ ਦੋਨਾਂ ਨੂੰ ਹਟਾਉਣ ਦਾ ਜਿਹੜਾ ਆਰਟੀਕਲ ਉਹ 94 ਦੇ ਵਿੱਚ ਦਿੱਤਾ ਗਿਆ। ਤਾਂ ਇਸ ਇੱਥੋਂ ਤੱਕ ਸਾਡਾ ਜਿਹੜਾ ਰਾਜ ਸਭਾ ਅਤੇ ਲੋਕ ਸਭਾ ਇਹਨਾਂ ਦੋਨਾਂ ਦਾ ਜਿਹੜਾ ਪੋਰਸ਼ਨ ਆ ਪੂਰਾ ਹੁੰਦਾ। ਨੈਕਸਟ ਦੇ ਵਿੱਚ ਅਸੀਂ ਪ੍ਰੈਜ਼ੀਡੈਂਟ ਬਾਰੇ ਸਟੱਡੀ ਕਰਾਂਗੇ ਨੈਕਸਟ ਕਲਾਸ ਦੇ ਵਿੱਚ। ਓਕੇ, ਥੈਂਕ ਯੂ ਜੀ।